ਜਦੋਂ ਮੈਂ ਸਟ੍ਰਾਬਰੀ ਸ਼ੁਰੂ ਕੀਤੀ ਸੀ ਨਾ ਉੱਥੇ ਤੇ ਮੈਂ ਸੜਕ ਤੇ ਬਹਿ ਕੇ ਮਤਲਬ ਕਿ ਮਤਲਬ ਵੇਚੀ ਹੈ ਸਟ੍ਰਾਬਰੀ ਆਹ ਜਿਹੜਾ ਘਟਾਣੀ ਵਾਲਾ ਰੋਡ ਹੈ ਤੇ ਫਿਰ ਹੌਲੀ ਹੌਲੀ ਮਾਰਕੀਟ ਬਣਦੀ ਬਣਦੀ ਬਣ ਜਾਂਦੀ ਤੋ ਓਵਰਆਲ ਤੁਸੀਂ ਦੱਸਿਆ 4.5 ਕਿੱਲੇ ਉਹ ਥੱਲੇ ਉਹ ਝੋਨਾ ਵੀ ਸੀਗਾ ਉਹ ਝੋਨਾ ਦੇਖੋ ਅਸੀਂ ਝੋਨਾ ਵੱਢ ਵੀ ਲਿਆ ਲਾਇਆ ਵੀ ਸਭ ਨੂੰ ਬਾਅਦ ਸੀਗਾ ਉਹ ਕਿਵੇਂ ਤੁਹਾਡੇ ਕੋਲ ਐਸੀ ਕਿਹੜੀ ਨਿੰਜਾ ਟੈਕਨੀਕ ਆਈ ਜਿਹੜੇ ਲੋਕ ਨਹੀਂ ਬੀਜਦੇ ਅਸੀਂ ਉਹ ਕੰਮ ਕਰਦੇ ਹਾਂ ਕਿ ਯਾਰ ਕੋਈ ਨਹੀਂ ਲਾਉਂਦਾ ਇਹ ਫਿਲਟਰ ਹੈ ਅੱਛਾ 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 ਆ ਜਿਹੜੀ ਆ ਅੰਦਰ ਲੱਗੀ ਹੈ ਅੰਦਰ ਫਿੱਟ ਹੈ ਇਹ ਇਹ ਨਾਲ ਕੀ ਹੋਣਾ ਫਿਲਟਰ ਨਾਲ ਇਹ ਪਾਈਪ ਚੋਂ ਜਾਏਗਾ ਪਾਣੀ ਪਾਈਪ ਚੋਂ ਜਾਏਗਾ ਸਾਹ ਪਿੱਛੇ ਫਿਲਟਰ ਲੱਗੇ ਨੇ ਇੱਕ ਤੇ ਇਧਰੋਂ ਕੋਈ ਕਚਰਾ ਨਹੀਂ ਜਾਊਗਾ ਤੇ ਇੱਕ ਸੁਰਾਖ ਹੈ ਨਾ ਇਹ ਬੂੰਦ ਹੀ ਗਿਰੇਗੀ ਆ ਦੇਖੋ ਜਿਹੜਾ ਕਿੰਨਾ ਸਾਫ ਸੁਥਰਾ ਕੰਮ ਹੈ ਆ ਪਾਈਪ ਮੇਨ ਪਾਈਪ ਹੈ ਜਿੱਥੋਂ ਪਾਣੀ ਜਾਣਾ ਅਜੇ ਅਜੇ ਅਸੀਂ ਹੁਣ ਇਹਦੇ ਤੇ 10 ਦਿਨਾਂ ਤੱਕ ਦੇਖਿਓ ਇਹਦੇ ਤੇ ਕਾਲੀ ਮਲਚਿੰਗ ਹੋ ਜਾਣੀ ਪਰਾਲੀ ਨੂੰ ਲੈ ਕੇ ਕੀ ਕਹੋਗੇ ਤੁਸੀਂ ਬਾਕੀਆਂ ਨੂੰ ਪ੍ਰੋਗਰੈਸਿਵ ਜਿੱਦਾਂ ਖੇਤੀ ਹੋ ਗਈ ਪ੍ਰੋਡਕਸ਼ਨ ਹੋ ਗਈ ਫੈਕਟਰੀਜ਼ ਹੋ ਗਈ ਆ ਇਹਦੇ ਬਾਰੇ ਜਾਣਕਾਰੀ ਲੈਂਦੇ ਆ ਟਾਈਮ ਟੂ ਟਾਈਮ ਕਿ ਪੰਜਾਬ 'ਚ ਕਿੱਦਾਂ ਵਾਧਾ ਕੀਤਾ ਜਾ ਸਕਦਾ ਫਾਰਮਿੰਗ 'ਚ ਹੁਣ ਜਿੱਦਾਂ ਇਹਨਾਂ ਨੇ ਦੱਸਿਆ ਕਿ ਇੱਥੇ ਸਟ੍ਰੋਬਰੀ ਦੀ ਖੇਤੀ ਕੀਤੀ ਜਾਂਦੀ ਮੇਰੇ ਵਾਸਤੇ ਨਵਾਂ ਕਨਸੈਪਟ ਹੈ ਇੱਕਦਮ ਪੰਜਾਬ 'ਚ ਮੈਂ ਹੁਣ ਤੱਕ ਦੇਖੀ ਨਹੀਂ ਸਟ੍ਰੋਬਰੀ ਹੁੰਦੀ ਜਾਂ ਫਿਰ ਹਾਂ ਆਪਾਂ ਤਾਂ ਘੱਟੋ ਘੱਟ 10-12 ਸਾਲ ਚੱਲੇ ਇੱਥੇ 10-12 ਸਾਲ ਇਸੇ ਲੋਕੇਸ਼ਨ 'ਤੇ ਨਹੀਂ ਆਪਣੇ ਇੱਕ ਇੱਧਰ ਖੇਤ ਹਾਂ ਅਤੇ ਪਹਿਲਾਂ ਉੱਥੇ ਸੀਗਾ ਫਿਰ ਇਹ ਕਟਾਣੀ ਰੋਡ 'ਤੇ ਸੀਗਾ ਬਦਲਦੇ ਰਹਿੰਦੇ ਅੱਛਾ 4 ਕੁ ਸਾਲ ਇੱਥੇ ਅੱਜ ਦੂਜਾ ਸਾਲ ਹੈ ਤੇ ਕਿੰਨੇ ਕਿੰਨੇ ਏਰੀਆ ਕਿੰਨੇ ਕਿੱਲੇ ਹੈ ਜੀ ਇੱਥੇ ਮੇਰੇ ਕੋਲ 4.5 ਅੱਛਾ ਤੇ ਕਿੰਨੀ ਪ੍ਰੋਡਕਸ਼ਨ ਹੋ ਜਾਂਦੀ ਕਿੰਨੇ ਵਾਰੀ ਹੋ ਜਾਂਦੀ ਹੈ ਦਵਾਈ ਤੋਂ ਬਾਅਦ ਕੀ ਚੀਜ਼ ਇਹ ਨਾ ਜਿਵੇਂ ਹੁਣ ਲੱਗੀ ਹੈ ਹਾਂਜੀ ਇਹ ਵਰਾਇਟੀ ਦੇ ਸਿਰ 'ਤੇ ਆ ਉਹ ਵਰਾਇਟੀ ਜਿਹੜੀ ਦਸੰਬਰ 'ਚ ਫਲ ਆ ਜਾਏਗਾ ਉਹਦੇ ਆ ਦਸੰਬਰ ਮਿਡ ਦਸੰਬਰ ਹਾਂ ਅਤੇ ਇਹ ਆਊਗਾ ਜਨਵਰੀ ਅੱਧ ਜਨਵਰੀ 'ਚ ਐਕਸਪੋਰਟ ਕਿੱਥੇ ਕਰਦੇ ਆ ਨਾ ਆਪਣੇ ਇੱਥੇ ਵਿਕੀ ਜਾਂਦੀ ਇੰਡੀਆ 'ਚ ਪੰਜਾਬ 'ਚ ਪੰਜਾਬ 'ਚ ਕਿ ਲੁਧਿਆਣੇ 'ਚ ਲੁਧਿਆਣੇ 'ਚ ਹਾਂ ਤੇ ਬਾਕੀ ਕਿਉਂ ਨਹੀਂ ਕਰਦੇ ਫਾਰਮਰ ਇਹ ਚੀਜ਼ਾਂ ਜਿੱਦਾਂ ਹੁਣ ਝੋਨਾ ਹੈ ਪੰਜਾਬ 'ਚ ਪਾਣੀ ਦੀ ਵੀ ਕਿੱਲਤ ਹੈਗੀ ਉਹ ਬਸ ਆਹ ਲੇਬਰ ਵੇਖ ਕੇ ਡਰ ਜਾਂਦੇ ਕਿੰਨਾ ਪਾਣੀ ਲੈਂਦੀ ਹੈ ਇਹ ਵਾਲੀ ਖੇਤੀ ਪਾਣੀ ਤਾਂ ਡ੍ਰਿਪ ਤਾਂ ਚੱਲਣੀ ਹੈ ਸਾਰੀ ਇਹ ਤਾਂ 15 ਮਿੰਟ ਡ੍ਰਿਪ ਚਲਾਈਏ ਤਾਂ ਬੂਟੇ ਨੂੰ 1-1 ਲੀਟਰ ਪਾਣੀ ਮਿਲ ਜਾਂਦਾ ਅੱਧਾ ਅੱਧਾ ਲੀਟਰ ਉਹ ਤਾਂ ਜਿੰਨੀ ਕੁ ਲੋੜ ਹੋਵੇ ਯਾਨੀ ਇਸ ਸਟੇਜ 'ਤੇ ਰਹਿਣਾ ਇਹਨੇ ਨਾ ਇਹਦੋਂ ਗਿੱਲਾ ਨਾ ਇਹਦੋਂ ਸੁੱਕਾ ਫਿਰ ਤਾਂ ਕੁਛ ਵੀ ਨਹੀਂ ਲੱਗ ਰਿਹਾ ਪਾਣੀ ਫਿਰ ਇਸ ਹਿਸਾਬ ਨਾਲ ਝੋਨੇ 'ਚ ਤਾਂ ਟਿਊਬਵੈਲ ਚੱਲੇ ਹੀ ਰਹਿੰਦੇ ਆ ਤੇ ਬਾਰਿਸ਼ ਕਰਕੇ ਵਿੱਚੋਂ ਗਿੱਲਾ ਹੈ ਵਿੱਚੋਂ ਤੇ ਸੁੱਕਾ ਰਹਿਣਾ ਇਹ ਅੱਛਾ ਨਾ ਨਾ ਇਹ ਤੇ ਵਿੱਚੋਂ ਤੇ ਸੁੱਕਾ ਰਹਿਣਾ ਪਾਣੀ ਤੇ ਸਿਮਣਾ ਵੀ ਨਹੀਂ ਬਾਹਰ ਤੇ ਅਗਰ ਆ ਜੇ ਇਹਦਾ ਬਦਲ ਹੋ ਸਕਦਾ ਝੋਨੇ ਦਾ ਲੋਕਾਂ ਹੀ ਅਗਰ ਕਮਾਈ ਦੇ ਮਾਮਲੇ 'ਚ ਦੇਖਿਆ ਜਾਵੇ ਜੇ ਇੰਨਾ ਬਦਲ ਨਹੀਂ ਹੋ ਸਕਦਾ ਥੋੜ੍ਹਾ ਬਹੁਤ ਹੋ ਸਕਦਾ ਜਿਵੇਂ ਛੋਟਾ ਜ਼ਿਮੀਦਾਰ ਜਿਹਦੇ ਕੋਲ 1-1.5 ਕਿੱਲਾ ਉਹ ਤਾਂ ਕਰ ਸਕਦਾ ਇਹਦੀ ਸਟ੍ਰੋਬਰੀ ਦੀ ਖੇਤੀ ਅਦਰਵਾਈਜ਼ ਜਿਹਦੀ ਵੱਡੀ ਹੈ ਉਹ ਫਿਰ ਲੇਬਰ ਕਿੱਲਾ ਖੰਡੀ ਲਾਵੇ ਜੇ ਹੁਣ ਇਹਨੂੰ ਆਖ ਕੇ ਨਾ ਵੀ 20 ਕਿੱਲੇ ਉਹ ਕਿੱਥੇ ਐਡਜਸਟ ਹਾਂ ਇਹ ਲੇਬਰ ਬਹੁਤ ਜ਼ਿਆਦਾ ਪੈ ਜਾਏਗੀ ਫਿਰ ਤਾਂ ਆਲੂ ਹੋ ਜਾਏਗਾ ਫਿਰ ਤੇ ਕੀ ਇਹਦੀ ਸੇਲਿੰਗ ਪ੍ਰਾਈਸ ਕੀ ਰਹਿੰਦਾ ਇਹਦਾ ਫਿਰ ਪ੍ਰੋਡਕਸ਼ਨ ਤੋਂ ਬਾਅਦ ਇਹ 200-250-300 ਤੱਕ ਵੀ ਚੱਲੇ ਕਿਲੋ ਦਾ 400 ਤੋਂ ਸ਼ੁਰੂ ਹੋ ਜਾਣਾ ਠੀਕ ਹੈ ਤੇ ਸੀਜ਼ਨ ਜਿੰਨਾ ਰਹੇਗਾ ਉਨਾ ਇਹਦਾ ਰੇਟ ਹੈ ਨਾ ਰਹੇਗਾ ਪੀਕ ਤੇ ਨਹੀਂ ਜਿਵੇਂ ਬਾਜ਼ਾਰ 'ਚ ਆ ਗਈ ਵੈਸੇ ਹੁਣ ਜਿਵੇਂ ਆ ਜਾਣੀ ਆ ਉੱਥੋਂ ਪੂਨੇ ਤੋਂ ਸ਼ੁਰੂ ਹੋ ਜਾਣੀ ਹੈ ਠੀਕ ਆ ਫਿਰ ਉਹਦੇ ਮੁਕਾਬਲੇ ਚੱਲੂਗੀ 350 ਨੂੰ ਉਹ ਸ਼ੁਰੂ ਹੁੰਦੀ ਇੱਥੇ ਉਹ ਫਿਰ ਇਹ ਆਪਣੀ ਫਰੈਸ਼ ਹੋ ਜਾਣੀ ਹੈ ਅਤੇ ਉਹ ਉੱਥੋਂ ਦੂਰੋਂ ਆਈ ਹੈ ਤੁਸੀਂ 4.25 ਕਿੰਨੇ ਕਿੱਲੇ ਦੱਸੇ ਇਹ 4.5 ਕਿੱਲੇ 4.5 ਕਿੱਲੇ ਅਤੇ ਓਵਰਆਲ ਇਹ ਕਿੰਨੀ ਕੁ ਇਹ ਦੇ ਜਾਂਦੀ ਕਮਾਈ ਕੀ ਹੈ ਦੇਖੋ ਇਹਦਾ ਜਿਹੜਾ ਸਿਸਟਮ ਹੈ ਨਾ ਜੇ ਤਾਂ ਤੁਹਾਡੇ ਕੋਲ ਸਟ੍ਰੋਬਰੀ ਦੀ ਪੌਦ ਆਪਣੀ ਹੈ ਨਾ ਫਿਰ ਹੀ ਕਾਮਯਾਬ ਆ ਠੀਕ ਹੈ ਤੁਹਾਨੂੰ ਕੋਈ ਵਰਾਇਟੀ ਇਹੋ ਜਿਹੀ ਦੇ ਦੇਵੇ ਜਿਹੜੇ ਫਾਲੀ ਨਾ ਲੱਗੇ ਜੇ ਲੱਗੇ ਤਾਂ ਉਹ ਇੰਨਾ ਲੂਜ਼ ਹੋ ਜਾਏ ਵੀ ਉਹ 10 ਕਿਲੋਮੀਟਰ ਤੱਕ ਵੀ ਨਾ ਜਾਵੇ ਇਹਦੇ 'ਚ ਇਹ ਸਾਰਾ ਦੇਖਣਾ ਪੈਂਦਾ ਇੱਕ ਗੱਲ ਦੂਜੀ ਗੱਲ ਇਹਦੀ ਆ ਵੀ ਇਹ 1.5 ਸਾਲ ਦੀ ਖੇਤੀ ਹੈ 1 ਸਾਲ ਦੀ ਫਸਲ ਨਹੀਂ ਹੈਗੀ ਇਹ ਅੱਛਾ ਇਹ ਅਸੀਂ ਹੁਣ ਜਿਹੜੀ ਲਾ ਰਹੇ ਹਾਂ ਫਰਵਰੀ ਦੀ ਸਾਡੀ ਨਰਸਰੀ ਤਿਆਰ ਹੋ ਰਹੀ ਹੈ ਹਿਮਾਚਲ 'ਚ ਅੱਛਾ ਜੀ ਠੀਕ ਹੈ ਉੱਥੇ ਬੰਦੇ ਬੈਠੇ ਨੇ ਉੱਥੇ ਲੀਜ਼ 'ਤੇ ਪੋਲੀਓਸ ਵੀ ਲਏ ਨੇ ਖਾਲੀ ਵੀ ਆ ਉੱਥੇ ਨਰਸਰੀ ਤਿਆਰ ਕੀਤੀ ਆ ਹੁਣ ਉੱਥੋਂ ਆ ਰਹੀ ਆ ਅੱਜ ਵੀ ਬੇਟਾ ਗੇੜਾ ਲੈਣ ਗਿਆ ਹੋਇਆ ਅੱਛਾ ਜੀ ਅਤੇ ਤੁਸੀਂ ਸਮਝ ਕਰ ਲਓ ਵੀ ਇਹ ਮਈ ਤੱਕ ਚੱਲਣੀ ਹੈ ਫਿਰ ਤਾਂ ਸਬਰ ਵਾਲਾ ਕੰਮ ਹੈ ਹਾਂ ਸਬਰ ਵਾਲਾ ਕੰਮ ਆ
ਫਲ ਮਿੱਠਾ ਫਲ ਮਿੱਠਾ ਦਾ ਹੀ ਹੋਊਗਾ ਸਬਰ ਦਾ ਫਲ ਮਿੱਠਾ ਹਾਂ ਕਈ ਗੱਲਾਂ ਨੇ ਹੁਣ ਵੇਖੋ ਜਿਵੇਂ ਹੁਣ ਮੈਂ 2 ਕਿੱਲੇ ਇਹ ਲੀਜ਼ ਤੇ ਆ ਉਹ 2 ਕਿੱਲੇ ਆਪਣੇ ਲਏ ਮੈਂ ਉੱਥੇ ਡਰੈਗਨ ਤੇ ਆਵਾਗਾਡੂ ਲਾਇਆ 1 ਕਿੱਲਾ ਵਾਈਟ ਕਮਰਾ ਦਿਸ ਰਿਹਾ ਆ ਖੰਬੇ ਦੇ ਨਾਲ ਹੀ ਉਰਲੇ ਅੱਛਾ ਸਮਝ ਗਿਆ ਠੀਕ ਹੈ ਕਦੋਂ ਤੱਕ ਅਸੀਂ ਹੁਣ ਤਾਂ ਚਲੋ ਇੱਕ ਸ਼ੋਟ ਲੈ ਕੇ ਜਾ ਰਹੇ ਆਪਾਂ ਕਦੋਂ ਵਾਪਸ ਆ ਕੇ ਇਹਦਾ ਰਿਜ਼ਲਟ ਪੁੰਗ ਰਿਹਾ ਦੇਖਾਂਗੇ ਪੌਦਿਆਂ ਨੂੰ ਤੇ ਬੂਟਿਆਂ ਨੂੰ ਇਹਦੇ ਨਾਲ ਡਿਵੈਲਪ ਉਹ ਹੈਗਾ ਉਹ ਜਗ੍ਹਾ ਹਾਂ ਉਹ ਕਦੋਂ ਲਾਇਆ ਸੀ ਤੁਸੀਂ ਉਹਨੂੰ ਲੱਗਾ ਹੋਣੀ ਆ ਲੇਕਿਨ ਪੌਦੇ ਉਹ ਡਿਵੈਲਪ ਗਰੋਥ ਜ਼ਿਆਦਾ ਕਰ ਗਈ ਨਹੀਂ ਡਿਵੈਲਪ ਕਰਕੇ ਲਿਆਂਦੇ ਇਹ ਬੇਅਰ ਰੂਟ ਆ ਹਾਂ ਉਹ ਆਪਾਂ ਕੱਪ 'ਚ ਤਿਆਰ ਕੀਤੀ ਉਹ ਮਹਿੰਗਾ ਪੈਂਦਾ ਅੱਛਾ ਜੀ ਇਹ 2.5-3 ਰੁਪਏ ਬੂਟਾ ਪੈਂਦਾ 2.5-3 ਰੁਪਏ ਉਹ 6-7 ਨੂੰ ਪੈਂਦਾ ਉਹਦੇ 1 ਰੁਪਿਆ ਤਾਂ ਖਰਚਾ ਹੀ ਆ ਜਾਂਦਾ ਉਹ ਕਰੇਟ 'ਚ ਪਾ ਕੇ ਲਿਆਈ ਦੇ ਨਾ 8000 ਬੂਟਾ ਲਿਆਉਂਦੀ ਗੱਡੀ 8000 ਹੀ ਕਿਰਾਇਆ ਲੈ ਲੈਂਦੀ ਹੈਂ 1 ਰੁਪਈਏ ਨੂੰ ਇੱਕ ਬੂਟਾ ਹਿਮਾਚਲੋਂ ਆ ਰਿਹਾ ਸੀ ਇੰਨਾ ਕਿਰਾਇਆ ਪੈ ਗਿਆ ਤੇ ਘੱਟੋ ਘੱਟ ਕਿੰਨੇ ਬੂਟੇ ਦੀ ਇੱਥੇ ਬੁਆਈ ਹੋਈ 30000 ਬੂਟਾ ਕਿੱਲੇ 'ਚ ਲੱਗਦਾ ਦੇਖੋ 30000 ਬੂਟਾ ਤੇ ਐਕਸਪੋਰਟ ਟਰੈਕਟਰ ਟਰਾਲੀਆ ਤੇ ਹੁੰਦਾ ਕਿਵੇਂ ਨਾ ਨਾ ਗੱਡੀ ਤੇ ਪਿਕਅਪ ਕੇਅਰ 'ਚ ਲਿਆਉਣੇ ਪੈਂਦੇ ਹੁਣ ਹਾਂ ਪੂਰੀ ਕੇਅਰ 'ਚ ਉਹ ਕਰੇਟਾਂ ਦੇ ਵਿੱਚ ਕਿਹੜੀ ਜਗ੍ਹਾ ਹਿਮਾਚਲ ਗੋਹਰ ਗੋਹਰ ਇਹ ਕਿੱਥੇ ਪੈਂਦਾ ਕਿਹੜੀ ਇਹ ਸੁੰਦਰ ਨਗਰ ਤੋਂ ਅੱਗੇ ਮੰਡੀ ਮੰਡੀ ਸੁੰਦਰ ਨਗਰ ਪਹਿਲਾਂ ਮੇਰੇ ਇੱਧਰ ਸੀਗੀ ਅੱਛਾ ਜੀ ਇੱਧਰ ਠਿਓਗ ਚਿਓਗ ਉਹ ਕਿੱਧਰ ਪਿਆ ਜੀ ਉਹ ਆਪਣਾ ਇੱਧਰ ਕੁਫਰੀ ਫਾਗੂ ਸ਼ਿਮਲੇ ਤੋਂ ਅੱਗੇ ਸ਼ਿਮਲੇ ਕੁਫਰੀ ਹਾਂ ਉੱਧਰ ਥੋੜ੍ਹੀ ਜਿਹੀ ਠੰਡੇ ਇਲਾਕਿਆਂ 'ਚ ਮੇਨਲੀ ਇਹ ਚੀਜ਼ਾਂ ਹਾਂ ਫਰਵਰੀ ਤੋਂ ਲੈ ਕੇ ਇਹਦੀ ਪੌਦ ਉੱਥੇ ਤਿਆਰ ਹੋਣੀ ਹੈ ਜੀ ਇੱਥੇ ਮਰ ਜਾਣੀ ਇਹ ਜਿਹੜੇ 1 ਏਕੜ ਦੇ ਵਿੱਚ ਨਾ ਇਹਦਾ ਪੀਰੀਅਡ ਹੈ ਪਹਿਲੇ ਇਹ ਹੁਣ ਪਲਾਂਟ ਲੱਗ ਗਏ ਨਾ ਫਿਰ ਇਹ ਮਦਰ ਪਲਾਂਟ ਹੋ ਜਾਏਗਾ ਇਹ ਰਨਰ ਦਏਗਾ ਤੇ ਉਹ ਰਨਰ ਇੱਥੇ ਬਚਾ ਨਹੀਂ ਪਾਵਾਂਗੇ ਆਪਾਂ ਨਹੀਂ ਤੇ ਇਸ ਖੇਤ ਦੇ ਵਿੱਚ 10 ਲੱਖ ਦੇ ਬੂਟੇ ਤਿਆਰ ਕਰ ਸਕਦਾ ਮੈਂ ਇੱਕ ਖੇਤ 'ਚ ਕੋਈ ਕੀ ਉਹਦਾ ਹੱਲ ਕੀ ਹੈ ਮੌਸਮ ਮੌਸਮ ਕਿ ਵੈਦਰ ਤੇ ਡਿਪੈਂਡ ਕਰਦਾ ਵੈਦਰ 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 ਹਾਂ ਕਿ ਵੈਦਰ ਇੱਥੇ ਹਿਊਮਿਡਿਟੀ ਇੰਨੀ ਵੱਧ ਜਾਂਦੀ ਆ ਹਾਂ ਕਿ ਉਹ ਹਾਂ ਫੰਗਸ ਇਹਨੂੰ ਬਹੁਤ ਫੰਗਸ ਤੇ ਦੀ ਵੈਰ ਨਾ ਪੂਰੀ ਇਹਨੂੰ ਕੋਈ ਬਸ ਫੰਗਸ ਹੀ ਪੈਂਦੀ ਕੀ ਯੂਜ਼ ਕਰਦੇ ਤੁਸੀਂ ਇਹਦੇ ਬਾਰੇ ਪ੍ਰੀਜ਼ਰਵੇਟਿਵਸ ਵੀ ਹੈ ਦਵਾਈਆਂ ਟ੍ਰਾਈਕੋਡਰਮਾ ਹੋ ਗਿਆ ਸੂਡੋਮੋਨੋਸ ਹੋ ਗਿਆ ਵੈਸੇ ਦੇ ਵਿੱਚ ਮੈਂ ਹਰ ਸਾਲ ਹੀ ਰੂੜੀ ਹਰ ਸਾਲ ਪਾਉਂਦੇ ਆ 100 ਟਰਾਲੀ ਲੈ ਕੇ ਖੇਤ ਘਰਾਂ 'ਚੋਂ ਪਿੰਡਾਂ 'ਚੋਂ ਪਾਈਦੀ ਹੈ ਇਸ ਟਾਈਮ ਮੋਟਰ ਕੀ ਹੈ ਇਹ ਮੋਟਰ ਉਹ ਪੈਪਾਂ ਨੇ ਨਾ ਉਸ ਥੱਲੇ ਵਾਲੇ ਕਿੱਲੇ ਦੀਆਂ ਜਿਹੜੀਆਂ ਇਹ ਮਤਲਬ ਇਹ ਪਾਣੀ ਆਪਣੇ ਆਪ ਹੀ ਇਹ ਪੈਪਾਂ ਦੇ ਥਰੂ ਜਾਂਦਾ ਕਿ ਇਹ ਚ ਪੁਆਇੰਟ ਲੱਗਾ 10-10 ਇੰਚ ਤੇ ਅੱਛਾ ਜੀ 10 ਇੰਚ ਦੇ ਉੱਤੇ ਉਹ ਇੱਕ ਬੂੰਦ ਬੂੰਦ ਪਾਣੀ ਸਿੱਟਦਾ ਇਹ ਜਾ ਸਕਦਾ ਮੈਂ ਇੱਧਰ ਹਾਂ ਇਹਦੇ ਚ ਫਿਲਟਰ ਹੁੰਦਾ ਹਾਂ ਇਹ ਸੁਰਾਖ ਐਡਾ ਹੈ ਪਰ ਇਹਦੇ ਤੇ ਤਹਿਰੀ ਨਹੀਂ ਪੈਣੀ ਇਹ ਆ ਦੇਖੋ ਇੱਧਰ ਹਾਂ ਆ ਲੱਗੇ ਨਹੀਂ ਆ ਦੇਖੋ ਇਹ ਫਿਲਟਰ ਹੈ ਆਹ ਓਵਰਆਲ ਪੈਪ ਹੈ ਜਿਹਦੇ ਨਾਲ ਪਾਣੀ ਪਿੱਛੋਂ ਆਏਗਾ ਉਸ ਤੋਂ ਬਾਅਦ ਆਹ ਮੋਰੀ ਹੈ ਛੋਟੀ ਜੀ ਇਹ ਛੋਟੀ ਜੀ ਮੋਰੀ ਤੋਂ ਪਹਿਲਾਂ ਇੰਨੀ ਕੁ ਸਟਰੋ ਜਿੱਦਾਂ ਕਹਿ ਲਓ ਸਟਰੋ ਹੁੰਦੀ ਨਾ ਉਹ ਉਨੇ ਕੁ ਸਾਈਜ਼ ਦੀ ਸਟਰੋ ਸਾਈਜ਼ ਦੀ ਅੰਦਰ ਲੱਗੀ ਹੈ ਪੈਪ ਦੇ ਅੰਦਰ ਇਹ ਪੈਪ ਦੀ ਕੀ ਲੈਂਥ ਦਾ ਰੇਟ ਹੈ ਜੀ 14 ਰੁਪਏ ਮੀਟਰ ਹੈ ਮੇਰੇ ਕੋਲ 14 ਰੁਪਏ ਮੀਟਰ ਅਤੇ ਇੱਥੇ ਹਜੇ ਇੱਥੇ ਨਹੀਂ ਕੀਤੀ ਆਪਾਂ ਹੈ ਨਾ ਹਜੇ ਇੱਥੇ ਤੱਕ ਆਏ ਹੈ ਇਹ ਚੱਲ ਰਿਹਾ ਅੱਜ ਹੀ ਹੋ ਜਾਏਗਾ ਇਹ ਕਿੰਨੀ ਦਿਹਾੜੀਆਂ ਦਾ ਕੰਮ ਇਹਦਾ ਨਹੀਂ ਇਹ ਜਿੰਨੀ ਲੱਗ ਗਈ ਜਿੰਨੀ ਪੌਦਾ ਜਦੋਂ ਲੱਗ ਜਾਏਗੀ ਉਦੋਂ ਇਹਨਾਂ ਨੂੰ ਫਿਰ ਕੋਈ ਹੋਰ ਕੰਮ ਦੇ ਦੇਵਾਂਗੇ ਅੱਛਾ ਮਤਲਬ ਤੁਸੀਂ ਨਹੀਂ ਨਾਲ ਕਮਰੇ 'ਚ ਅੰਦਰ ਪਈ ਅੱਛਾ ਉਹ ਵੀ ਪਤਾ ਮੈਂ ਪਤਾ ਕੀ ਕਰਦਾ ਹਾਂ ਇਹ ਮੱਕੀ ਬੀਜੀ ਸੀ ਹਾਂ ਮੈਂ ਇਹਦਾ ਸਾਈਲੈਂਸ ਬਣਾ ਲਿਆ 4 ਪਾਤਾ ਸਾਰੀ ਦਾ 6 ਕਿੱਲਿਆਂ ਦਾ ਓਕੇ ਠੀਕ ਹੈ 3-4 ਕਿੱਲੇ 5 ਕਿੱਲੇ ਉੱਧਰ ਠੇਕੇ 'ਤੇ ਆ ਨਾ ਜਿਹੜੀ ਹਾਂ ਹਾਂ ਉਹਦੇ ਵਿੱਚ ਵੀ ਮੈਂ ਹੁਣ ਉਹ 4 ਪਾ ਲਿਆ ਹੁਣ ਮੈਂ ਬੀਜਤਾ ਤੋਰੀਆ ਹਾਂ
तोरिया हो जाएगा दिसंबर जनवरी च वेला जनवरी च हो जाएगा उस तो बाद चलाऊं खरबूजा तरबूज अच्छा जी ठीक है फिर लावांगे मक्की फिर साइलेज बनावांगे ठीक है छोटे फार्मर्स वास्ते ताडी वधिया मोटिवेशनल चीजा है मेरे हिसाब नाल गल पता की है गल जदों जदों मैं स्ट्रॉबेरी शुरू कीती सी ना हां उत्थे हां ते मैं सड़क ते बह के मतलब के मतलब वेसी है स्ट्रॉबेरी फिर आ जेड़ा कटाणी वाला रोड है हां ते फिर हौली हौली मार्केट बनदी बनदी बन जांदी जिवें लोकां नूं पहलां ते पता ही नहीं सी जे ਹੁਣ ਡਰੈਗਨ ਫਰੂਟ ਦੀ ਗੱਲ ਕਰ ਲਈਏ ਹਜੇ ਲੋਕੀ ਪੰਜਾਬ ਦੇ ਹੁਣ ਪਿਛਲੇ 2 ਸਾਲਾਂ ਤੋਂ ਪ੍ਰਚਲਿਤ ਮੇਰੇ ਵੀ ਯਾਰ ਕੀ ਲਾਇਆ ਅੱਛਾ ਜੀ ਹੁਣ ਪੰਜਾਬ 'ਚ ਜੇ ਗੱਲ ਕਰੀਏ ਡਰੈਗਨ ਫਰੂਟ ਦੀ ਐਵਾ ਕੱਢ ਜਿਹੜਾ ਹੈ ਨਾ ਉਹ ਐਡਵਾਂਸ ਹੈਗਾ ਉਹ ਹਾਂ ਉਹ ਕੀ ਐਡਵਾਂਸ ਹੈਗਾ ਆਇਆ ਆਪਣੇ ਪੰਜਾਬ 'ਚ ਹੈ ਨਹੀਂ ਆਪਣੇ ਇੱਥੇ ਰਾਈਆਂ ਆਪਣੇ ਫਾਰਨ ਸਾਗਰ ਜੀ ਨੇ ਲਿਆ ਕੇ ਲਾਇਆ ਸੀ ਉਹਨੂੰ ਲੱਗੇ ਨੇ ਅੱਛਾ ਹਾਂ ਉਸ ਤੋਂ ਦੇਖ ਕੇ ਫਿਰ ਮਨ 'ਚ ਉਤਸ਼ਾਹ ਹੋਇਆ ਵੀ ਇਹ ਵੀ ਇੱਕ ਯੁਵਾ ਹੈ ਹਾਂ ਇਹਦੇ ਆ ਵੀ ਯੁਵਾ ਸੀ ਜਦੋਂ ਖੇਡਿਆ ਸੀਗਾ ਪਰ ਐਵਾਗਾਡੋ ਲੋਕੀ ਡਿਮਾਂਡ ਹੈ ਅੱਜ ਦੀ ਡੇਟ 'ਚ ਮੈਂ ਦੇਖਿਆ अपने ਇਸ ਤਰ੍ਹਾਂ ਉੱਥੇ ਪੌਦੇ ਤਿਆਰ ਕਰਦੇ ਆ ਜੀ ਆ ਜੀ ਨਾ ਇਹ ਦੋ ਪੱਟ ਕੇ ਦਿਖਾਣਾ ਆ ਦੇਖੋ ਹਾਂ ਜੀ ਇਹ ਐਵੇਂ ਕੱਢਿਆ ਨੇ ਇਹ ਹਾਂ ਹਾਂ ਇਹ ਰਨਰ ਹੈ ਜੇ ਇਹਦਾ ਡਬਲ ਪੀਰੀਅਡ ਹੈ ਨਾ ਫਲ ਵੀ ਫਲ ਵਾਲਾ ਜਿਹੜਾ ਆਊਗੀ ਨਾ ਡਾਣੀ ਉਹਨੂੰ ਫੁੱਲ ਲੱਗੂਗਾ ਅੱਛਾ ਜੀ ਉਦੋਂ ਅਸੀਂ ਇਹ ਤੋੜਨ ਦੇ ਹੱਕ 'ਚ ਆ ਇੱਥੇ ਅੱਛਾ ਜੀ ਇੱਥੇ ਇਹਨੂੰ ਵੀ ਇਹ ਸਾਨੂੰ ਰਨਰ ਨਹੀਂ ਚਾਹੀਦੇ ਸਾਨੂੰ ਫਰੂਟ ਵਾਲੇ ਹੀ ਲਗਰ ਦੇ ਠੀਕ ਹੈ ਉੱਥੇ ਅਸੀਂ ਇਹਦਾ ਫੁੱਲ ਕੱਟ ਦਿੰਦੇ ਹਾਂ ਕਿ ਬਈ ਤੇਰੇ ਕੋਲ ਫਲ ਨਹੀਂ ਲੈਣਾ ਸਾਨੂੰ ਰਨਰ ਦੇਣ ਚਾਹੀਦੇ ਨੇ ਇਹ ਥੋੜ੍ਹਾ ਜਿਹਾ ਫਿਰ ਉਹਦਾ ਜਿਹੜੀ ਚੀਜ਼ ਤੋਂ ਕੁਦਰਤੀ ਹੈ ਅਸੀਂ ਤਾਂ ਐਵੇਂ ਆਪਣਾ ਨਾਂ ਬਣਾਉਣੇ ਹੈ ਤਾਂ ਜੋ ਦਿੰਦੀ ਕੁਦਰਤੀ ਹੈ ਅਤੇ ਇਹ ਇਹ ਮੇਨ ਪਾਈਪ ਹੈ ਕੋਈ ਵੱਡੀ ਟਿਊਬਲ ਦੀ ਇਹ ਟਿਊਬਲ ਦੀ ਪਾਈਪ ਹੈ ਇੱਥੇ ਆ ਕੇ ਇਹਦਾ ਫੰਕਸ਼ਨ ਆ ਗਿਆ ਨਾ ਇਹਦਾ ਦੱਸੋ ਜੀ ਇਹ ਵੀ ਬੜਾ ਹੀ ਟੈਕਨੀਕਲ ਜੀ ਤੁਹਾਡੀਆਂ ਚੀਜ਼ਾਂ ਲੱਗੀਆਂ ਮੈਨੂੰ ਦੇਖੋ ਹੁਣ ਕੋਈ ਖਾਲ ਨਹੀਂ ਛਾਂਗਣਾ ਕੋਈ ਕੁਛ ਨਹੀਂ ਹਾਂ ਕੋਈ ਨੱਕਾ ਹੀ ਨਹੀਂ ਸਾਡੇ ਕੋਲ ਅੱਛਾ ਠੀਕ ਹੈ ਆ ਜੇ ਆ ਬੰਦ ਕਰਤਾ ਇੱਧਰ ਦਾ ਪਾਣੀ ਬੰਦ ਹੋ ਗਿਆ ਉਹ ਉਸ ਸਾਈਡ ਜਾਣਾ ਹਾਂ ਹੁਣ ਆ ਵੀ ਚੱਲ ਰਿਹਾ ਸੀ ਆ ਵੀ ਚੱਲ ਰਿਹਾ ਸੀ ਠੀਕ ਹੈ ਇਹ ਜਿਹੜੀ ਹੈ ਸਾਡੀ ਜਿਹਦੇ ਤੇ ਸਪ੍ਰਿੰਕਲਰ ਚਲਾਉਣੇ ਹੁਣ ਹਾਂ ਉਹਦੇ ਵਾਸਤੇ ਪੈਪਾਂ ਪਾ ਕੇ ਉਹ ਚਲਾਈਦਾ ਠੀਕ ਹੈ ਇਹ ਉਹਦੇ ਵਾਸਤੇ ਰੱਖਿਆ ਹੋਇਆ ਨਾ ਠੀਕ ਹੈ ਹੁਣ ਜਿਹੜੇ ਜਿਵੇਂ ਜੇ ਉਹ ਇਹ ਫਿਰ ਖਾਦ ਪਾਣੀ ਸਾਰਾ ਇਹਦੇ ਰਾਹੀਂ ਜਾਂਦਾ ਜਦੋਂ 4 ਇੰਚੀ ਪਾਣੀ ਹੈ ਨਾ ਜਿਹੜਾ ਇਹ 1.5-2 ਕਿੱਲੇ ਦੇ ਵਿੱਚ ਪੂਰਾ ਹੋ ਜਾਂਦਾ ਬੂੰਦ ਬੂੰਦ ਨਾਲ ਹੀ ਖਤਮ ਹੋ ਜਾਂਦਾ 4 ਇੰਚ ਦਾ ਪਾਣੀ ਅੱਛਾ ਕੋਈ ਉਹਦਾ ਵੇਸਟੇਜ ਨਹੀਂ ਹੈ ਹਾਂ ਮੈਨੂੰ ਦਿਖੇ ਪਾਣੀ ਤੁਹਾਡਾ ਫਾਲਤੂ ਹੈ ਹੀ ਨਹੀਂ ਉਰੇ ਹਾਂ ਹਾਂ ਇਹ ਇਹ ਤੇ ਆ ਜਿਹੜਾ ਨਾ ਸਾਡਾ ਪਾਣੀ ਇਹ ਲੀਕ ਹੋ ਜਾਂਦਾ ਜਿਹੜਾ ਪੈਪਾਂ ਵਾਲਾ ਹੈ ਨਾ ਜਦੋਂ ਇਹਦਾ ਪ੍ਰੈਸ਼ਰ ਘੱਟ ਜਾਂਦਾ ਹੈ ਨਾ ਇਹਦਾ ਜਿਹੜਾ ਰਬੜ ਹੁੰਦੀ ਹੈ ਨਾ ਉਹ ਢਿੱਲੀ ਪੈ ਜਾਂਦੀ ਜਦੋਂ ਪ੍ਰੈਸ਼ਰ ਪੈਣਾ ਉਦੋਂ ਰਬੜ ਨੇ ਟਾਈਟ ਹੋਣਾ ਜਦੋਂ ਇਹ ਪ੍ਰੈਸ਼ਰ ਹੋ ਜਾਣਾ ਨਾ ਇਹਦੇ 'ਚ 1 ਕੇਜੀ 1.5 ਕੇਜੀ ਉਦੋਂ ਇਹ ਪਾਣੀ ਬੰਦ ਹੋ ਜਾਏਗਾ ਹੁਣ ਉਹ ਮੋਟਰ ਬੰਦ ਹੈ ਨਾ ਹੁਣ ਉਹ ਹੌਲੀ ਹੌਲੀ ਰਿਸਦਾ ਥੋੜ੍ਹਾ ਥੋੜ੍ਹਾ ਕਰਕੇ ਨਿਕਲ ਜਾਣਾ ਉਹ ਪਾਣੀ ਹੈ ਇਹ ਸੁੱਕ ਜਾਂਦਾ ਇਹ ਸਿਰਫ ਪੈਪ ਦਾ ਪਾਣੀ ਹੁਣ ਨਿਕਲ ਲੱਗਾ ਬੰਦ ਹੋਣ ਤੋਂ ਬਾਅਦ ਕੀ ਲੈਂਥ ਕੀ ਹੈ ਜੀ ਬੂਟੇ ਦੀ 4-5 ਫੁੱਟ ਨਾ 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 ਇਹਦੇ ਥੱਲੇ ਇਹਦੀ ਇਹਦਾ ਤਣਾ ਹੈ ਨਹੀਂ ਅੱਛਾ ਜੀ ਨਾ ਤਣਾ ਹੈ ਨਹੀਂ ਇਹਦਾ ਆਹ ਦੇਖੋ ਜਰਾ ਕਿੰਨਾ ਸਾਫ਼ ਸੁਥਰਾ ਕੰਮ ਹੈ ਆ ਪਾਈਪ ਮੇਨ ਪਾਈਪ ਹੈ ਜੀ ਤੋਂ ਪਾਣੀ ਜਾਣਾ ਅਜੇ ਅਜੇ ਅਸੀਂ ਹੁਣ ਇਹਦੇ ਤੇ 10 ਦਿਨਾਂ ਤੱਕ ਵੇਖਿਓ ਇਹਦੇ ਤੇ ਕਾਲੀ ਮਲਚਿੰਗ ਹੋ ਜਾਣੀ ਹੈ ਅੱਛਾ ਸਿਰਫ ਬੂਟੇ ਬੂਟੇ ਦਿਸਣਗੇ ਤੁਹਾਨੂੰ ਕੁਝ ਨਹੀਂ ਦਿਸੇਗਾ ਤੁਹਾਡੇ ਕੋਲ ਅਗਲੇ ਮਹੀਨੇ ਦੁਬਾਰਾ ਫੇਰ ਆ ਗਏ ਆਪਾਂ ਠੀਕ ਹੈ ਉਸ ਤੋਂ ਬਾਅਦ ਇਹਦੇ ਉੱਤੇ ਲਾ ਕੇ ਸਰੀਆ ਲੋ ਟਨਲ ਫਿਰ ਉੱਤੇ ਚਿੱਟੀ
ਚਿੱਟਾ ਵਾਈਟ ਮੋਮੀ ਕਾਗਜ਼ ਜਿਹੜਾ ਉਹ ਪਾ ਦਾਂਗੇ ਜਾਂ ਨੌਨ ਵੂਮਨ ਹੁੰਦਾ ਨਹੀਂ ਜਿਹਦੇ ਅੱਜ ਕੱਲ੍ਹ ਲਿਫਾਫੇ ਆਉਂਦੇ ਨੇ सारा लाना पौ हीट वर जानी ए प्यार हो जो फ्रूट तोड़ना उदो ही लाओ पावे जमीन है मेरा फिर एक सवाल पराली नूं लैके की कहोगे तुसीं बाकियां नूं पराली नूं लैके की कहोगे पराली साड़न नूं लैके मसला नहीं साड़नी तो नहीं चाहिए वैसे जो मतलब के पलोपला वाह के बिच दबा दी जाए वैसे आ सारी बिच ही मैं कुतरनी है जिनी है मुढ़ मध ਤੁਹਾਡੀ ਹਾਂ ਤੁਸੀਂ ਤਾਂ ਵੱਢ ਲਈ ਹਾਂ ਤੁਹਾਡੀ ਤੁਸੀਂ ਵਿੱਚ ਹੀ ਵਾਧੋਗੇ ਹੱਥਾਂ ਨਾਲ ਬੰਦਿਆਂ ਤੇ ਲੇਬਰ ਸੀਗੀ ਲੇਬਰ ਤੇ ਵਢਾ ਲਈ ਹਾਂ ਮਸ਼ੀਨ ਨਾ ਵੱਡੀ ਹੁੰਦੀ ਮੈਂ ਫਿਰ ਵੀ ਵਿੱਚ ਹੀ ਦਬਾ ਦੇਣੀ ਸੀ ਸਾਰੀ ਪਾਣੀ ਦੀ ਵੇਸਟੇਜ ਨਹੀਂ ਹੋਣ ਦਿੱਤੀ ਮੈਨੂੰ ਆਹ ਬਹੁਤ ਵਧੀਆ ਲੱਗੀ ਗੱਲ ਜੀ ਹਾਂਜੀ अपना झोना वड के वट तगड़ी कीती अच्छा नहीं ते पकना को नहीं सी पर फिर भी औखे सौखे होते अग तां लानी नहीं चाहीदी जी अग तां लाके तुहाडी जमीन भी खराब हो जानी होर 10 साल तक बंजर हो जानी जमीन देखो जो खेती ए, देखो जरा मैटर आया कि जमें ट्रांसपोर्ट कितों आई तुम यह देखो सफेदा हो गया कि तगड़ा धरती भी ओनी दी ओनी मिट्टी भी ओनी दी ओनी है ये ट्रांसपोर्ट कितों आँदी हवा चो ही आई है ना तो इनू ए रहना चाहिए खेत चो ही आई है तत्ता नाल ही होई है ना ताती ने बिलकुल है तो ताती ने इन्हों तो ही तत्त पैदा होने ने फिर वैस्ट तो ही तत्त बन जाते जिम्मे हम पराली डंगर खा लें फिर गां की गां गोबर आ गया पराली का तो हम हो सीएनजी बन लग पे होर भी कई यूज है बड़ा बेच सकते पराली जो प्रोपर लाओ इन जो धरती खाड़ के बेचो नहीं वैसे जो ना जिम्मे हम साइलेज का बड़ा चलिया बेचन डे ने लोग मक्की विक जाती मक्की विक जाती बहुत वधिया लोग लै लेंगे डेयरिया वाले लै लेंगे झोने तो भी गां लंघ जाती मुड़के बिच तोरी आ सरों हो जाए पूरी कर ही नहीं सकता कोई तेल कित्थे पूरा हो जाएगा ना मक्की पूरी होनी ये फसल नहीं अजे पूरी हो जाए मूंगी मांगी जी फिर भी अजे घट लागत जी मक्की है ना ये लागत बहुत है सरों की लागत भी बहुत है ते आपा द्वारा फिर गेड़ा मारना है जी मैनूं दसो कदों आपा आ सकदे जद तक एक महीने नूं आ जाओ तुहानूं मल्च भी विछी लगे मिलेगी ते टनल भी होएगी उदों उत्ते खर्चा ज्यादा ठीक है खर्चा घटो घट भी 4 लाख एकड़ ते आ जांदा 4 लाख एक एकड़ ते हां जे आपां सारा कुछ मुल दा ही लेना है ठीक है ते आमदनी जिहड़ी है ना 1.5 to 2 लाख दे विच हो सकदी उपर प्लस कोई माड़ी वो तो नहीं हैगी ठीक है हाँ जी खर्चा ज्यादा है खर्चा ज्यादा है हाँ ये थोड़ा रिस्क टाइम और रिस्क ज्यादा है रिस्की है बस और गल कुछ नहीं पर प्लस भी जांदा होएगा जब सीजन ते रेट वधदे होने डिमांड वधदी होएगी आ कई बार तुर भी जांदा है कोई बदल कदे कदे ही आ कदे कदे मैं तो बहुत आ जिवें पिछले 8 साल बीमारियां बुरियां भी आ जांदियां ने कोरोना भी आ जांदा रहा उदों खराब भी हो जांदा रहा पर इन्ना है भी मैं इस जीरो बैलेंस तो शुरू किया रंग लगा और की चाहिए चलो अगे भी रंग लगते रहना आप यही दुआ करते गल करके वधिया लगे जी।
उम्मीद करते कि ये वीडियो देख के लोग थोड़े बहुत मोटिवेट हो जिन्हों को हो रहे ने हम अपने इतने भैनी साहब जी लग रही है घट्टो घट भी 10-20 एकड़ होर लग रही है।